ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਠੀਕ ਹੋ ਪਿਆਰਿਓ? ਕਿਹੜਾ ਪਿੰਡ ਆਪਣਾ? ਅੱਛਾ, ਮੈਂ ਵੇਖਣ ਦਿਆਂ, ਮੈਂ ਕਿਹਾ ਰਿਕਸ਼ਾ ਬੜਾ ਖਰਾਬ, ਆਪਣਾ ਵਾ ਕਿ ਕਿਰਾਏ ਦੇ ਆ? ਬੜਾ ਮਾੜਾ ਰਿਕਸ਼ਾ ਵਾ, ਤੇ ਸਵਾਰੀ ਸੁਰੀ ਬਹਿੰਦੀ ਆ ਪਿਆਰਿਓ? ਨਹੀਂ, ਰਿਕਸ਼ਾ ਕਿੰਨਾ ਖਰਾਬ ਆ, ਤੇ ਬਹਿੰਦੀਆਂ ਸਵਾਰੀ ਸੁਰੀਆਂ? ਖਰਾਬ ਕਿੰਨਾ, ਠੀਕ ਨੀ ਕਰਾਇਆ, ਠੀਕ ਨੀ ਕਰਾਂਦੇ? ਪੈਸੇ ਨਾ ਠੀਕ ਆ, ਤੇ ਉਨੀ ਪੈਸੇ ਨੀ ਜੁੜਦੇ ਹੋਣੇ? ਹਾਂ, ਕਿੰਨੇ ਕੁ ਪੈਸੇ ਕਮਾਉਂਦੇ ਹੋ ਰੋਜ਼? ਹੈਂ, ਸਾਰੀ ਦਿਹਾੜੀ ਬੈਠੇ ਰਹੇ, 25 ਰੁਪਏ ਕਮਾਏ ਕੱਲ? ਵਾਹਿਗੁਰੂ, ਵਾਹਿਗੁਰੂ। ਉਮਰ ਕਿੰਨੀ ਜੇ? 66 ਸਾਲ। ਵਾਹਿਗੁਰੂ। ਤੇ ਬਾਬਾ ਜੀ, 25 ਰੁਪਏ ਨਾਲ ਹੁੰਦਾ ਕੀ ਆ? ਹੈਂ, ਕੀ ਆ ਮਨ ਇਹ ਉਦਾਸ ਕਰ ਲਿਆ? ਕੀ ਆ ਉਦਾਸ ਕਰ ਲਿਆ ਮਨ? ਹੈਂ, ਨਹੀਂ ਰੋਣਾ ਨਹੀਂ, ਰੋਣਾ ਨਹੀਂ। ਅੱਛਾ, ਇੱਦਾਂ ਵਾ, ਜਦੋਂ ਨਹੀਂ ਕਮਾਉਂਦੇ ਫਿਰ ਮਹਾਰਾਜ ਨਾ ਹੁੰਦਾ ਨੀ ਗਿਲੇ, ਗਿਲਾ ਸ਼ਿਕਵਾ ਕੇ ਮਹਾਰਾਜ ਮੈਨੂੰ ਗਰੀਬੀ ਦਿੱਤੀ ਆ? ਨਹੀਂ, ਮਹਾਰਾਜ ਦਾ ਨਾਮ ਲੈਂਦੇ ਰੋਜ਼? ਹੈ, ਰੋਜ਼ ਜਪਦੇ? ਵਾਹਿਗੁਰੂ, ਵਾਹਿਗੁਰੂ। ਦੋ ਬੋਰੀਆਂ ਸੀਮਿੰਟ ਛੱਡ ਦੋਗੇ ਮੇਰਾ? ਦੋ ਬੋਰੀਆਂ ਤੇ ਪੈਸੇ ਦੱਸੋ। ਹੈ, ਨਾਈਆਂ ਵਾਲੇ ਮੋੜ ਤੋਂ ਫੜਨੀਆਂ? ਹਾਂ, ਉੱਥੋਂ ਫੜਨੀਆਂ ਵਾ, ਉੱਥੋਂ ਫੜ ਕੇ ਤੇ ਬਾਹਰ ਲੈ ਕੇ ਆਉਣੀ ਆ ਖਜ਼ਾਨਾ ਗੇਟ। ਮੈਂ ਬਾਹਰ ਵੀ ਕਿਸੇ ਨੂੰ ਪੈਸੇ ਦੇਣੇ? ਮੈਂ ਚਲੋ ਬਜ਼ੁਰਗੋ ਤੁਹਾਨੂੰ ਦੇਵਾਂਗਾ। ਮਾਇਆ ਦੱਸੋ ਕਿੰਨੀ ਮਾਇਆ? ਨਹੀਂ ਮਾਇਆ ਇਸ ਤਰ੍ਹਾਂ ਨਹੀਂ, ਕਿੰਨੀ? ਚਲੋ ਠੀਕ ਹੈ, 100 ਰੁਪਏ ਦਊਂਗਾ। ਆ ਜਾਓ ਫਿਰ ਨਾਈ ਵਾਲੇ ਮੋੜ 'ਤੇ ਆ ਜਾਓ। ਹੈ, ਆ ਜਾਓ, ਆ ਜਾਓ ਪਿਆਰਿਓ, ਆ ਜਾਓ, ਇੱਧਰ ਆ ਜਾਓ, ਇੱਥੇ ਆ ਸਿਮਰਜੀਤ ਬੋਰੀਆਂ, ਇੱਧਰ ਆਓ, ਇੱਥੇ ਲਿਆਓ, ਇੱਥੋਂ ਖੜਨੀਆਂ ਸੀਮਿੰਟ ਦੀਆਂ ਬੋਰੀਆਂ। ਆਹੋ, ਇੱਥੋਂ ਵਾ ਖੜਨੀਆਂ ਭਾਅ ਜੀ, ਹੈਗੀਆਂ ਸੀਮਿੰਟ ਦੀਆਂ ਬੋਰੀਆਂ? ਸੀਮਿੰਟ ਦੀਆਂ ਬੋਰੀਆਂ ਹੈਗੀਆਂ ਵਾ? ਹੈਗੀਆਂ ਨਾ, ਦੋ ਬੋਰੀਆਂ ਸੀਮਿੰਟ ਦੀਆਂ ਲਾ ਦਿਓ ਉੱਥੇ, ਦੋ ਮਿੰਟ ਲਾ ਦਿਓ, ਲੱਗ ਜਾਂਦੇ ਸੀਮਿੰਟ ਦੀਆਂ ਬੋਰੀਆਂ। ਕੋਈ ਨਹੀਂ, ਲਾ ਦਿਓ ਉੱਥੇ, ਲਾ ਦਿਓ ਉੱਥੇ, ਲਾ ਦਿਓ, ਕੋਈ ਨਹੀਂ, ਲਾ ਦਿਓ। ਸਤਿ ਸ਼੍ਰੀ ਅਕਾਲ ਜੀ। ਇੱਦਾਂ ਵਾ ਬਾਬੇ, ਇੱਦਾਂ ਵਾ ਸੀਮਿੰਟ ਦੀਆਂ ਬੋਰੀਆਂ, ਇੱਦਾਂ ਵਾ। ਆਹ ਗੱਡੀ ਵੇਖੋ, ਠੀਕ ਆ, ਆਹ ਛੱਡ ਦਿਓ ਉਹਨੂੰ, ਆਹ ਫੜ ਦਿਓ ਹੁਣ, ਠੀਕ ਆ, ਆਹ ਛੱਡ ਦਿਓ, ਆਹ ਫੜ ਦਿਓ, ਠੀਕ ਆ। ਹੈ, ਆਹ ਰਹਿਣ ਦਿਓ, ਆਹ ਜ਼ਿਆਦਾ ਖਰਾਬ ਹੋ ਗਈ ਆ, ਸੀਮਿੰਟ ਦੀ ਬੋਰੀਆਂ ਇਹੀ ਆ ਮੇਰੀਆਂ। ਆਹ ਲੈ ਜਾਓ, ਆਹ ਨਹੀਂ ਲੈ ਜਾਓ, ਖੁਸ਼ ਹੋ, ਵੇਖੋ ਚਲਾ ਕੇ ਚੱਲਦੀ ਸਹੀ ਆ, ਵੇਖੋ ਪਹਿਲੇ ਲੈ ਕੇ ਜਾਓ, ਘੁੰਮਾ ਕੇ ਲਿਆਓ। ਲੈ ਜਾਓ, ਇਹ ਸਾਡੇ ਸਿੱਖਾਂ ਦੇ ਹਾਲਾਤ ਆ, ਦੇਖੋ ਆਹ ਚਲਾ ਚਲਾ ਲਿਆ ਜੀ। ਮੈਂ ਵੀ ਕਹਿੰਦਾ ਕਿਸ ਤਰ੍ਹਾਂ ਹੁਣ ਭੈਣਾਂ ਕਿਸ ਤਰ੍ਹਾਂ ਬਹਿਣਗੀਆਂ ਇਹੋ ਜਿਹਾ ਵੇਖ ਕੇ, ਹੈ ਨਾ। ਆ ਜਾਓ, ਠੀਕ ਆ, ਤੁਸੀਂ ਕੀ ਸਮਝਿਆ ਜੀ ਸੀਮਿੰਟ ਦੀਆਂ ਬੋਰੀਆਂ? ਸੀਮਿੰਟ ਦੀਆਂ ਬੋਰੀਆਂ ਸਮਝਿਆ ਜੀ? ਹੈ ਭਾਪਾ ਜੀ,
ਹੁਣ ਤੁਸੀਂ ਆਹ ਜਿਹੜੀ ਆਹ ਰਿਕਸ਼ਾ ਲੈ ਕੇ ਜਾਣਾ, ਇਹਦੇ 'ਤੇ ਸਵਾਰੀ ਵੀ ਬੈਠ ਜਾਏਗੀ, ਠੀਕ ਹੈ ਪਿਆਰਿਓ? ਠੀਕ ਹੈ ਜੀ, ਮੇਰੇ ਕੋਲ ਸੀਮਰ ਦੀਆਂ ਬੋਰੀਆਂ ਨਹੀਂ ਹੈਗੀਆਂ, ਇਹ ਗੁਰੂ ਰਾਮਦਾਸ ਨੇ ਸੀਮਰ ਦੀਆਂ ਬੋਰੀਆਂ ਉਹ ਦਿੱਤੀਆਂ ਜਿਹੜੀਆਂ ਅੱਜ ਤੱਕ ਬਾਬੇ ਮੈਨੂੰ ਵੀ ਨਹੀਂ ਦਿਖੀਆਂ, ਠੀਕ ਹੈ ਜੀ? ਤੁਸੀਂ ਆਹ ਰਿਕਸ਼ਾ ਚਲਾਇਆ ਕਰਨਾ ਅੱਜ ਤੋਂ ਬਾਅਦ, ਠੀਕ ਹੈ? ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਉਹ ਸੀਮਰ ਦੀਆਂ ਬੋਰੀਆਂ ਲੈ ਕੇ ਆਉਣੀਆਂ। ਬਾਬੀ ਖੁਸ਼ ਹੋ ਕਿ ਟੁੱਟਾ ਰਿਕਸ਼ਾ ਵੇਖ ਕੇ ਕੋਈ ਨਹੀਂ ਬਹਿਣਾ, ਇਹ ਮੈਨੂੰ ਵੀ ਪਤਾ ਸੀ, ਮੈਂ ਬਹਿੰਦਾ ਸੀ ਕੋਈ 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 ਸਵਾਰੀ ਬਹਿੰਦਣੀ ਆ। ਕਹਿੰਦੇ ਕੱਲ੍ਹ 25 ਰੁਪਏ ਕਮਾਏ ਸਾਰੇ, ਤੁਸੀਂ 5 ਘੱਟ ਵੀ ਲੈ ਲਓ ਲੇਕਿਨ ਸਵਾਰੀ ਨਹੀਂ ਛੱਡਣੀ, ਠੀਕ ਹੈ? ਹੁਣ ਤੁਹਾਨੂੰ ਵਧੀਆ ਰਿਕਸ਼ਾ ਮਿਲ ਗਿਆ, ਹੁਣ ਤੁਸੀਂ ਆਪਣਾ ਉਹ ਕਰ ਲਿਓ, ਠੀਕ ਹੈ? ਵਧੀਆ ਤੁਹਾਡਾ ਹੋ ਜਾਣਾ। ਚਲੋ ਤਿਆਰ ਹੋ, ਹੁਣ ਖੁਸ਼ ਹੋ, ਸੀਮਰ ਦੀਆਂ ਬੋਰੀਆਂ ਮਿਲ ਗਈਆਂ, ਸੀਮਰ ਦੀਆਂ ਬੋਰੀਆਂ ਮਿਲ ਗਈਆਂ। ਠੀਕ ਹੈ ਪਿਆਰੋ, ਕੋਈ ਨੀ, ਹੁਣ ਤੁਸੀਂ ਲੈ ਜਾਓ ਇਹ ਰਿਕਸ਼ਾ ਤੁਹਾਡਾ ਅੱਜ ਤੋਂ, ਠੀਕ ਹੈ? ਸ਼ੁਕਰ ਹੈ ਗੁਰੂ ਰਾਮਦਾਸ ਬਾਦਸ਼ਾਹ ਦਾ, ਖੁਸ਼ ਹੋ ਪੂਰੇ, ਸੀਮਰ ਦੀਆਂ ਬੋਰੀਆਂ ਆ ਗਈਆਂ, ਹੁਣ ਤਾਂ ਨਹੀਂ ਕਿਤੇ ਜਾਣੀਆਂ। ਤੁਸੀਂ ਕੀ ਸੋਚਿਆ ਕੀ ਸੀ ਮਨ 'ਚ ਜਦੋਂ ਤੁਹਾਨੂੰ ਕਿਹਾ ਸੀ? ਸੋਚਿਆ ਕਿ ਮੈਂ ਚਲੋ ਮਜ਼ਦੂਰੀ ਕਰਨ ਦੀ ਡਰ ਥੋੜ੍ਹਾ ਕੁ ਹੋਇਆ, ਲੱਤਾਂ ਚਾਰ। ਜਦੋਂ ਮੈਂ ਤੁਹਾਨੂੰ ਕਿਹਾ ਸੀ ਸੀਮਰ ਦੀਆਂ ਬੋਰੀਆਂ ਉਦੋਂ ਕੀ ਸੋਚਿਆ ਸੀ ਕਿ ਸੀਮਰ ਦੀਆਂ ਬੋਰੀਆਂ ਹੋਣਗੀਆਂ? ਸੱਚੋ ਤੁਹਾਨੂੰ ਦੱਸੋ ਕੀ ਕਿਹਾ ਸੀ? ਮੈਂ ਵੇਖਣ ਰਿਹਾ ਸੀ ਕਿ ਦੁਕਾਨ ਕਿਹੜੀ ਸੀ ਬਣਦੀ ਹੈ, ਕਿੱਧਰ ਨਹੀਂ ਚੱਲ ਗਏ, ਇੰਨੀ ਦੂਰ ਕਿਤੇ ਸੀਮਰ ਦੀ ਦੁਕਾਨ ਆ ਗਈ। ਚਲੋ ਪਿਆਰਿਓ, ਤੁਹਾਨੂੰ ਇਹ ਰਿਕਸ਼ਾ ਦੇਣਾ ਸੀ, ਮੈਂ ਐਕਚੁਲੀ ਤੁਹਾਡਾ ਰਿਕਸ਼ਾ ਦੇਖਿਆ ਬੜਾ ਖਰਾਬ ਸੀ, ਠੀਕ ਹੈ ਪਿਆਰਿਓ ਲੈ ਜਾਓ ਹੁਣ ਤੁਸੀਂ, ਠੀਕ ਹੈ ਜੀ? ਚਲੋ ਲੈ ਜਾਓ ਹੁਣ ਤੁਸੀਂ, ਚਲੋ ਚਲੋ ਚਲਾਓ ਆਪਣਾ ਹੁਣ। ਵਾਹਿਗੁਰੂ ਜੀ, ਖੁਸ਼ ਹੋ ਗਏ ਬਾਪੂ ਜੀ। ਚਲੋ ਠੀਕ ਹੈ ਪਿਆਰਿਓ, ਚੱਲਿਆ ਮੈਂ ਫਿਰ, ਠੀਕ ਹੈ ਜੀ? ਲੈ ਜਾਓ, ਖੁਸ਼ ਹੋ, ਚਲੋ ਲੈ ਜਾਓ ਫਿਰ, ਲੈ ਜਾਓ। ਸੋ ਆਹ ਬਾਪੂ ਜੀ ਦਾ ਹੁੰਦਾ ਰਿਕਸ਼ਾ, ਅਤੇ ਬਾਪੂ ਦਾ ਪਹਿਲਾ ਰਿਕਸ਼ਾ, ਆਹ ਦੇਖ ਲਓ ਆਹ ਰਿਕਸ਼ਾ ਜੀ, ਪੁਰਾਣਾ ਰਿਕਸ਼ਾ, ਅਤੇ ਆਹ ਬਾਪੂ ਜੀ ਦਾ ਹੁੰਦਾ ਰਿਕਸ਼ਾ, ਨਵਾਂ ਰਿਕਸ਼ਾ। ਵਾਹਿਗੁਰੂ, ਚਲੋ ਠੀਕ ਹੈ ਪਿਆਰਿਓ, ਓਕੇ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਖੁਸ਼ ਆ, ਅਸੀਂ ਵੀ ਚੱਲੀਏ।